ਪਤ ਹੈ ਗੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰ ਬਸ ਨਪਰਿਆ ਸੁਖ ਟਲ ਗੁਰ ਸੇਵਿਆ ਐਨ ਸਹਿਜ ਸੁਭਾ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ ਵਾਹਿਗੁਰੂ ਜੀ ਧੰਨ ਧੰਨ ਗੁਰੂ ਗਰੀਬ ਨਿਵਾਸ ਸਲੋ ਦਇਆ ਕਰਨੰਗ ਦੁਖ ਹਰਣ ਉਚਰੰਗ ਨਾਮ ਕੀਰਤਨ ਦਇਆ ਕਰਨ ਦੁਖ ਹਰਣ ਉਚਰੰਗ ਨਾਮ ਕੀਰਤਨ ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨਮੈ ਪਾਏ ਬਲੰਦੜੀ ਬੁਝ ਗਈ ਪਰ ਖੰਦੜੋ ਪ੍ਰਭ ਆਪ ਜਿਨੇ ਉਪਾਈ ਬੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਭੇ ਦਿਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ਼ ਹਰ ਇੱਕ ਦਿਆਇਆ ਨਿਰਮਲ ਵੈ ਸਰੀਰ ਜਨ ਧੁਰੀ ਨਾਇਆ ਮਨ ਤਨ ਭੇ ਸੰਤੋਖ ਪੂਰਨ ਪ੍ਰਭ ਪਾਇਆ ਤੁਰੇ ਤਮ ਸੰਗ ਲੋ ਕੁਲ ਸੁਭਾਇਆ ਤਰੇ ਕੁਟੰਬ ਸੰਗ ਲੋ ਕੁੱਲ ਸੁਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿ ਸੰਗਤ ਜੀ ਸਾਹਿਬ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਜੈਸਰੀ ਦੀ ਵਾਰ ਇਸ ਵਿੱਚ ਜੋ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ ਬਿਲਕੁਲ ਹੂਬ ਹੂਬ ਉਹ ਨਕਸ਼ਾ ਸਤਿਗੁਰੂ ਪਾਤਸ਼ਾਹ ਜੀ ਨੇ ਬਿਲਕੁਲ ਸਾਹਮਣੇ ਰੱਖ ਦਿੱਤਾ ਜਿਸ ਦੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਸਾਂ। ਜਾਂ ਪ੍ਰਭ ਭੇ ਦਿਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ਼ ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਅਤੇ ਸਤਿਗੁਰ ਪਾਤਸ਼ਾਹ ਜੀ ਉਹਨਾਂ ਲੋਕਾਂ ਦੀ ਅਗਲੀ ਸ਼ਿਫਤ ਕਰਦੇ ਨੇ ਕਹਿੰਦੇ ਨੇ ਤਰੇ ਕੁਟੁੰਬ ਸੰਗ ਲੋਕ ਕੁੱਲ ਸੁਭਾਇਆ। ਕਿਤਨੀਆਂ ਕੁੱਲਾਂ ਨਿਕਲ ਗਈਆਂ ਨੇ ਹੁਣ ਤੱਕ ਗਨੀ ਖਾਂ ਅਤੇ ਨਬੀ ਖਾਂ ਦੀਆਂ, ਪਰ ਸਿੱਖ ਅੱਜ ਵੀ ਉਹਨਾਂ ਨੂੰ ਉਸੇ ਅਕੀਦੇ ਨਾਲ ਯਾਦ ਕਰਦੇ ਨੇ, ਉਸੇ ਪਿਆਰ ਨਾਲ ਯਾਦ ਕਰਦੇ ਨੇ, ਉਸੇ ਸਤਿਕਾਰ ਨਾਲ ਯਾਦ ਕਰਦੇ ਨੇ। ਹੈ ਤਾਂ ਮੁਸਲਮਾਨ ਸਨ ਨਾ, ਜੇ ਧਰਮ ਕਰਕੇ ਆਖੀਏ ਵੀ ਉਹ ਸਿੱਖ ਸਨ ਇਸ ਕਰਕੇ ਯਾਦ ਕਰਦੇ ਹਾਂ, ਨਹੀਂ, ਗੁਰੂ ਨਾਲ ਪਿਆਰ ਕਿਤਨਾ ਸੀ, ਗੁਰੂ ਤੋਂ ਆਪਾਂ ਨਿਛਾਵਰ ਕਰ ਦਿੱਤਾ ਜਿਨ੍ਹਾਂ ਨੇ, ਗੁਰੂ ਨੂੰ ਆਪਾ ਸਮਰਪਿਤ ਕਰ ਦਿੱਤਾ। ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਉਹ ਆਪ ਨਹੀਂ ਤਰੇ ਕੁਟੁੰਬ ਸੰਗ ਲੋਕ ਕੁੱਲ ਸੁਭਾਇਆ, ਸਾਰੀਆਂ ਕੁੱਲ ਸੁਭਾਏ ਮਨ ਹੋ ਜਾਂਦੀਆਂ ਨੇ ਉਹਨਾਂ ਦੀਆਂ। ਗੁਰੂ ਕਿਰਪਾਲਤਾ ਕਰੇ ਦਾਤਾਂ ਅਸੀਂ ਵੀ ਪ੍ਰਾਪਤ ਕਰ ਸਕੀਏ, ਗੁਰੂ ਦਾ ਪਿਆਰ ਸਤਿਕਾਰ ਸਾਡੇ ਹਿਰਦੇ ਵਿੱਚ ਵੀ ਆਵੇ ਤਾਂ ਕਿ ਅਸੀਂ ਗੁਰੂ ਦੀ ਅਸੀਸ ਪ੍ਰਾਪਤ ਕਰਕੇ ਜੀਵਨ ਦੀ ਸਫਲਤਾ ਪ੍ਰਾਪਤ ਕਰ ਸਕੀਏ। ਆਈਆਂ